ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਪੂਰੀ ਸਾਧ ਸੰਗਤ ਦਾ ਬਹੁਤ ਬਹੁਤ ਸ਼ੁਕਰੀਆ, ਤਹਿ ਦਿਲੋਂ ਧੰਨਵਾਦ। ਔਰ ਅੱਜ ਦੀ ਜਿਹੜੀ ਵੀਡੀਓ ਹੈ ਗੁਰੂ ਪਿਆਰ ਵਾਲਿਓ, ਇਹ ਹੈ ਕਰਜ਼ੇ 'ਤੇ। ਜ਼ਰੂਰੀ ਨਹੀਂ ਕਿ ਕਰਜ਼ਾ ਪੈਸਿਆਂ ਦਾ ਹੀ ਹੋਵੇ, ਧਨ ਦੌਲਤ ਦਾ ਹੀ ਹੋਵੇ, ਹੋਰ ਅਨੇਕਾਂ ਪ੍ਰਕਾਰ ਦੇ ਕਰਜ਼ੇ ਨੇ ਜਿਹੜੇ ਕਰਜ਼ੇ ਸਾਡੇ ਸਿਰ ਅੱਜ ਵੀ ਚੜ੍ਹੇ ਹੋਏ ਨੇ, ਕਿਵੇਂ ਉਤਰਨਗੇ ਅੱਜ ਦੀ ਵੀਡੀਓ ਵਿੱਚ ਆਪਾਂ ਸਮਝਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪ ਹੀ ਵਿੱਚ ਵਰਤ ਕੇ ਵਿਚਾਰ ਕਰਵਾਉਣ। ਸੋ ਬੇਨਤੀ ਹੈ ਜੀ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਲਾਈਕ ਕਮੈਂਟ ਕਰਕੇ ਆਪ ਜੀ ਨੇ ਟੀਮ ਦਾ ਹੌਸਲਾ ਅਫਜ਼ਾਈ ਜ਼ਰੂਰ ਕਰਨਾ ਔਰ ਆਪਣੀ ਹਾਜ਼ਰੀ ਜ਼ਰੂਰ ਲਗਵਾਉਣੀ ਕਮੈਂਟ ਕਰਕੇ। ਔਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਟੀਮ ਦਾ ਨੰਬਰ ਨੋਟ ਕਰ ਸਕਦੇ ਹੋ ਜੀ, 79-86-49-77-84 ਦੇ ਉੱਪਰ ਆਪ ਜੀ ਕਾਲ ਕਰਕੇ ਆਪਣੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਅੱਜ ਦੀ ਵੀਡੀਓ ਨੂੰ ਆਰੰਭ ਕਰਦੇ ਹਾਂ। ਹਾਜ਼ਰੀ ਲਗਵਾਓ, ਫਤਿਹ ਬੁਲਾਓ ਜੀ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਨੂੰ ਸਮਝਣਾ ਪੈਣਾ ਹੈ ਕਿ ਕਰਜ਼ਾ ਕੇਵਲ ਪੈਸਿਆਂ ਦਾ ਹੀ ਨਹੀਂ ਹੁੰਦਾ, ਕਰਜ਼ਾ ਤਕਰੀਬਨ ਧਨ ਦੌਲਤ ਦਾ ਹੀ ਨਹੀਂ ਹੁੰਦਾ ਵੀ ਆਪਾਂ ਕਿਸੇ ਤੋਂ ਪੈਸੇ ਫੜ ਲਏ ਨੇ ਅਤੇ ਆਪਣੇ ਸਿਰ ਕਰਜ਼ਾ ਚੜ੍ਹ ਗਿਆ ਹੈ। ਦੇਖੋ, ਕਰਜ਼ਾ ਹੋਰ ਵੀ ਅਨੇਕਾਂ ਚੀਜ਼ਾਂ ਦਾ ਮੰਨਿਆ ਗਿਆ ਹੈ। ਕਰਜ਼ੇ ਦੇ ਜਿਹੜੇ ਅਰਥ ਨੇ, ਕਾ ਪ੍ਰਸ ਰਜ ਭਾਵ ਕੀ, ਜਿਹੜਾ ਇਹ ਕਰਜ਼ ਹੈ ਨਾ, ਕਰਜ਼ ਦਾ ਮਤਲਬ ਹੁੰਦਾ ਵੀ ਅਹਿਸਾਨ। ਅਹਿਸਾਨ ਵੀ ਵਿਦਵਾਨਾਂ ਨੇ ਇਹਦੇ ਅਰਥ ਕੀਤੇ ਨੇ। ਔਰ ਕਰਜ਼ ਦੇ ਜਿਹੜੇ ਅਰਥ ਨੇ ਉਹ ਤਕਰੀਬਨ ਉਹ ਅਰਥ ਕਰਜ਼ ਦੇ ਖੁਸ਼ੀ ਵੀ ਬਣਦੇ ਨੇ ਤਕਰੀਬਨ। ਇਹ ਵੱਖੋ ਵੱਖਰੇ ਤਰ੍ਹਾਂ ਦੇ ਸ਼ਬਦਾਂ ਦੇ ਲਹਿਜ਼ਿਆਂ ਮੁਤਾਬਕ ਮੈਂ ਬੇਨਤੀ ਕਰ ਰਿਹਾ, ਪਰ ਆਪਾਂ ਕਰਜ਼ਾ ਸ਼ਬਦ ਜਿਹੜਾ ਹੈ ਬਸ ਉਹਦੇ ਮੁਤਾਬਕ ਬੇਨਤੀ ਨੂੰ ਸਮਝਣਾ ਹੈ। ਗੁਰੂ ਪਿਆਰ ਵਾਲਿਓ, ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਓ। ਪਹਿਲੇ ਆਪਾਂ ਧੰਨ ਗੁਰੂ ਕਲੰਗੀਧਰ ਪਾਤਸ਼ਾਹ ਦੀ ਇਤਿਹਾਸ ਵਿੱਚੋਂ ਦਿੱਤੀ ਹੋਈ ਇਸ ਝਲਕ ਨੂੰ ਸਮਝੀਏ। ਫਿਰੋਜ਼ਪੁਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਜਿਹਦਾ ਨਾਮ ਹੈ ਜਾਮਨੀ ਸਾਹਿਬ। ਜਾਮਨੀ ਦੇ ਅਰਥ ਠੇਠ ਪੰਜਾਬੀ ਵਿੱਚ ਉਹਨੂੰ ਕਿਹਾ ਜਾਂਦਾ ਹੈ ਵੀ ਗਰੰਟੀ ਲੈਣੀ। ਆਪਾਂ ਕਿਸੇ ਤੋਂ ਪੈਸੇ ਲਈਏ ਅਤੇ ਆਪਾਂ ਕਹਿ ਦਿੰਦੇ ਹਾਂ ਵੀ ਫਲਾਣੇ ਦੀ ਗਰੰਟੀ ਪਵਾ, ਕਿਸੇ ਬੰਦੇ ਨੂੰ ਵਿੱਚ ਗਵਾਹ ਕਰ ਅਤੇ ਉਹ ਬੰਦਾ ਜੇ ਆਪਣੀ ਹਾਮੀ ਉੱਟੇਗਾ ਤਾਂ ਮੈਂ ਤੈਨੂੰ ਪੈਸੇ ਦਿਆਂਗਾ। ਜਾਮਨੀ ਦੇ ਅਰਥ ਹੀ ਗਵਾਹੀ ਹੁੰਦੇ ਨੇ, ਵਾਰੰਟੀ ਹੁੰਦੇ ਨੇ। ਇਸ ਕਰਕੇ ਸਤਿਗੁਰੂ ਸਿੱਖ ਦੀ ਜਾਮਨੀ ਕਿਵੇਂ ਭਰਦੇ ਨੇ, ਉਸ ਸਾਖੀ ਨੂੰ, ਉਸ ਇਤਿਹਾਸ ਨੂੰ ਬਿਲਕੁਲ ਸਾਹਿਤ ਕਰਦਾ ਇਹ ਅਸਥਾਨ ਹੈ ਗੁਰਦੁਆਰਾ ਜਾਮਨੀ ਸਾਹਿਬ। ਫਿਰੋਜ਼ਪੁਰ ਕਦੇ ਜਾਓ ਅਤੇ ਜ਼ਰੂਰ ਕਦੇ ਦਰਸ਼ਨ ਕਰਕੇ ਆਇਓ ਜੇ। ਜਾਮਨੀ ਦਾ ਅਰਥ ਹੁੰਦਾ ਵੀ ਗੁਰੂ ਨੂੰ ਜਾਮਨੀ ਪਾ ਲੈਣਾ। ਦੇਖੋ, ਮੈਂ ਵੀ ਸਿੱਖ, ਤੂੰ ਵੀ ਸਿੱਖ, ਅਤੇ ਆਪਾਂ ਵਿੱਚ ਗੁਰੂ ਨੂੰ ਵਿੱਚ ਗਵਾਹ ਬਣਾ ਲਿਆ, ਜਾਮਨ ਬਣਾ ਲਿਆ ਵੀ ਸਤਿਗੁਰੂ ਨੇ ਜਾਮਨੀ ਭਰ ਦਿੱਤੀ। ਗੁਰੂ ਕਲੰਗੀਧਰ ਪਾਤਸ਼ਾਹ ਕਹਿੰਦੇ ਨੇ, ਪਹਿਲੀ ਗੱਲ ਤਾਂ ਧਰੋ ਕਿਸੇ ਨਾਲ ਕਮਾਉਣਾ ਨਹੀਂ। ਅਗਰ ਤੂੰ ਜੇ ਤੂੰ ਗੁਰੂ ਨੂੰ ਹੀ ਜਾਮਨ ਵਿੱਚ ਪਾ ਲਿਆ ਹੈ, ਫਿਰ ਧਰੋ ਵਾਲੇ ਮਾਰਗ ਦੀ ਲੰਘਣਾ ਵੀ ਤੇਰੇ ਲਈ ਬਹੁਤ ਵੱਡਾ ਅਪਰਾਧ ਹੈ। ਆਪਾਂ ਕਹਿੰਦੇ ਹਾਂ ਕਿ ਅੱਜ ਇਹ ਚੀਜ਼ਾਂ ਨਹੀਂ ਹੁੰਦੀਆਂ, ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ, ਪਰ ਗੁਰੂ ਪਿਆਰਿਓ, ਇਹ ਸਾਨੂੰ ਸਮਝਣਾ ਪੈਣਾ ਹੈ। ਇਹਨਾਂ ਗੱਲਾਂ ਦੇ ਜਿਹੜੇ ਅਰਥ ਨੇ, ਨਤੀਜੇ ਨੇ ਬੜੇ ਸੇਧ ਦੇਣ ਵਾਲੇ ਹੁੰਦੇ ਨੇ। ਕਿਤੇ ਨਾ ਕਿਤੇ ਸਮਝਣਾ ਪੈਣਾ ਸਾਨੂੰ, ਇਹਦੇ ਜਿਹੜੇ ਨਤੀਜੇ ਨੇ ਠੱਗੀ ਚੋਰੀ ਯਾਰੀ ਦੇ ਬੜੇ ਭਿਆਨਕ ਨਿਕਲਦੇ ਨੇ। ਤੁਹਾਡਾ ਆਪਣਾ ਤਜਰਬਾ ਰਿਹਾ ਹੋਣਾ, ਜ਼ਿੰਦਗੀ ਦੇ ਵਿੱਚ ਅਜਿਹੇ ਮੋੜ ਆ ਜਾਂਦੇ ਨੇ। ਪਰ ਇੱਥੇ ਜੋ ਬੇਨਤੀ ਕਰ ਰਿਹਾ ਹਾਂ,
ਗੁਰੂ ਸੱਚੇ ਪਾਤਸ਼ਾਹ ਨੂੰ ਜਾਮਨ ਬਣਾ ਕੇ ਜਿਹੜਾ ਕਾਰਜ ਕਰਦਾ ਤੇ ਸਤਿਗੁਰੂ ਕਹਿੰਦੇ ਨੇ ਫਿਰ ਠੱਗੀ ਮਾਰਨ ਬਾਰੇ ਕਦੇ ਸੋਚੀ ਵੀ ਨਾ, ਕਿਸੇ ਦਾ ਮਾੜਾ ਕਰਨ ਬਾਰੇ ਸੋਚੀ ਵੀ ਨਾ। ਹੁਣ ਦੇਖੋ ਗੱਲ ਸਿਰਫ ਇੱਥੇ ਕਰਜ਼ੇ ਦੀ ਹੈ, ਆਪਾਂ ਸਿਰਫ ਉਸ ਚੀਜ਼ ਨੂੰ ਸਮਝ ਕੇ ਚੱਲਣਾ ਹੈ। ਤੇ ਗੁਰੂ ਕਲਿੰਗੀਧਰ ਪਾਤਸ਼ਾਹ ਨੇ ਇੱਥੇ ਫਿਰ ਇੱਕ ਰਹਿਮਤ ਵਰਤਾਈ ਸੀ, ਇੱਕ ਕੌਤਕ ਵਰਤਾਇਆ। ਹੁਣ ਦੇਖੋ ਇੱਥੇ ਸਮਝਣਾ ਪੈਣਾ, ਥੋੜ੍ਹਾ ਜਿਹਾ ਪਿੱਛੋਂ ਸੋਚਿਓ। ਕਹਿੰਦੇ ਨੇ ਇੱਕ ਜਿਹੜਾ ਬਾਣੀਆ ਸੀ, ਇੱਕ ਜੱਟ ਸੀ, ਗੁਰੂ ਨੂੰ ਜਾਮਨ ਬਣਾ ਕੇ ਇੱਕ ਜੱਟ ਨੂੰ ਲੋੜ ਪੈ ਗਈ ਪੈਸਿਆਂ ਦੀ। ਕਹਿੰਦੇ ਨੇ ਉਹਨੇ ਬਾਣੀਏ ਕੋਲੋਂ ਕੁਝ ਪੈਸੇ ਉਧਾਰ ਲੈ ਲਏ, ਵੀ ਗੁਰੂ ਨੂੰ ਜਾਮਨ ਪਾ ਲਿਆ, ਵੀ ਕੋਈ ਲਿਖਤਾਂ ਪੜ੍ਹੀ ਨਹੀਂ, ਵੀ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਪੈਸੇ ਲੈ ਲਏ, ਵੀ ਮੈਂ ਤੈਨੂੰ ਵਾਪਸ ਕਰ ਦਾਂਗਾ। ਕਹਿੰਦੇ ਨੇ ਬਾਅਦ ਵਿੱਚ ਜਿਹੜਾ ਜ਼ਿਮੀਂਦਾਰ ਸੀ ਪੈਸੇ ਦੇਣ ਤੋਂ ਮੁਕਰ ਗਿਆ, ਇਨਕਾਰੀ ਕਰ ਗਿਆ ਵੀ ਮੈਂ ਪੈਸੇ ਨਹੀਂ ਦਿੰਦਾ। ਉਸ ਤੋਂ ਬਾਅਦ ਕੀ ਹੁੰਦਾ ਹੈ? ਕਹਿੰਦੇ ਫਿਰ ਸਮਾਂ ਪੈਂਦਾ ਅਤੇ ਜੱਟ ਜਿਹੜਾ ਹੈ ਉਹ ਚੜ੍ਹਾਈ ਕਰ ਜਾਂਦਾ ਹੈ ਪੈਸੇ ਦਿੱਤਿਆਂ ਬਗੈਰ ਹੀ। ਬਾਅਦ ਵਿੱਚ ਸਮਾਂ ਪੈਂਦਾ ਅਤੇ ਜਿਹੜਾ ਬਾਣੀਆ ਹੈ ਸਮਾਂ ਪੈਣ 'ਤੇ ਆਪਣੀ ਜਦੋਂ ਵਾਰੀ ਆਉਂਦੀ ਹੈ ਉਹ ਵੀ ਚੜ੍ਹਾਈ ਕਰ ਜਾਂਦਾ। ਹੁਣ ਦੋਨੇ ਇਸ ਜਹਾਨ ਤੋਂ ਕੂਚ ਕਰ ਗਏ। ਬਾਅਦ ਵਿੱਚ ਫਿਰ ਸਮਾਂ ਆਉਂਦਾ ਜਦੋਂ ਮੁਕਤਸਰ ਦੀ ਜੰਗ ਹੁੰਦੀ ਹੈ, ਖਿਦਰਾਣੇ ਦੀ ਢਾਬ ਵਾਲੀ, ਅਤੇ ਸਤਿਗੁਰੂ ਉਸ ਜੰਗ ਤੋਂ ਬਾਅਦ ਇੱਥੇ ਇਸ ਅਸਥਾਨ 'ਤੇ ਆਉਂਦੇ ਨੇ ਜਿਹਦਾ ਨਾਮ ਹੈ ਗੁਰਦੁਆਰਾ ਜਾਮਨੀ ਸਾਹਿਬ। ਅਤੇ ਇੱਥੇ ਸੰਗਤ ਬੜੀ ਇਕੱਠੀ ਹੋਈ, ਗੁਰੂ ਕਲਿੰਗੀਧਰ ਪਾਤਸ਼ਾਹ ਨੂੰ ਨਮਸਕਾਰਾਂ ਵੀ ਕੀਤੀਆਂ ਅਤੇ ਸੰਗਤ ਦਾ ਵਾਹਵਾ ਠਾਠਾਂ ਮਾਰਦਾ ਇਕੱਠ ਇਸ ਗੱਲ ਦਾ ਪ੍ਰਤੀਕ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਵਾਲੀ ਆ ਚੁੱਕੇ ਨੇ, ਹੁਣ ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ, ਅਸੀਂ ਸਤਿਗੁਰੂ ਦੀ ਸ਼ਰਨ ਵਿੱਚ ਹਾਂ। ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਸਾਰੇ ਆਪੋ ਆਪਣੇ ਨੂੰ ਨਿਡਰ ਜਿਹੜਾ ਹੈ ਉਹ ਫੀਲ ਕਰ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਵੀ ਬੈਠੇ ਨੇ। ਫਿਰ ਸਤਿਗੁਰਾਂ ਨੇ ਇੱਥੇ ਇੱਕ ਕੌਤਕ ਵਰਤਾਇਆ, ਇੱਥੇ ਮੇਰੇ ਸਤਿਗੁਰਾਂ ਨੇ ਇੱਕ ਕੌਤਕ ਵਰਤਾਇਆ ਅਤੇ ਬੇਨਤੀ ਮੈਂ ਜਿਹੜੀ ਕਰ ਰਹੇ ਹਾਂ। ਹੁਣ ਤਿੱਤਰ ਅਤੇ ਇੱਕ ਬਾਜ, ਹੁਣ ਜਿਹੜਾ ਤਿੱਤਰ ਹੈ ਤਕਰੀਬਨ ਉਹ ਬਣ ਗਿਆ ਇੱਕ ਜੱਟ, ਅਤੇ ਤਕਰੀਬਨ ਜਿਹੜਾ ਉਹ ਬਾਜ ਜਿਹੜਾ ਹੈ ਤਿੱਤਰ ਦੇ ਖੰਭਾਂ ਨੂੰ ਪੱਟ ਰਿਹਾ ਹੈ, ਨੋਚ ਰਿਹਾ ਹੈ। ਔਰ ਬਾਜ ਦਾ ਤੁਹਾਨੂੰ ਪਤਾ ਹੈ ਵੀ ਬਾਜ ਸਟਰੋਂਗ ਹੈ, ਵੱਡਾ ਹੈ, ਤਿੱਤਰ ਦੀ ਉਹਦੇ ਅੱਗੇ ਕੀ ਪੇਸ਼ ਚੱਲਦੀ ਹੈ। ਹੁਣ ਸਤਿਗੁਰੂ ਵੇਖ ਰਹੇ ਨੇ, ਥੋੜ੍ਹਾ ਥੋੜ੍ਹਾ ਹਲਕਾ ਜਿਹਾ ਮੁਸਕਰਾ ਰਹੇ ਨੇ, ਮੁੱਖ 'ਤੇ ਥੋੜ੍ਹੀ ਥੋੜ੍ਹੀ ਜੀ ਮੁਸਕਰਾਹਟ ਹੈ। ਹੁਣ ਦੇਖਣ ਵਾਲਿਆਂ ਦੇ ਮਨ ਵਿੱਚ ਇਹ ਸਵਾਲ ਅੜਿਆ ਹੋਇਆ ਵੀ ਸਤਿਗੁਰੂ ਨੂੰ ਦਇਆ ਹੀ ਨਹੀਂ ਆ ਰਹੀ, ਸਤਿਗੁਰੂ ਸੱਚੇ ਪਾਤਸ਼ਾਹ ਦਾ ਕੀ ਕੌਤਕ ਹੈ ਕੋਈ ਨਹੀਂ ਜਾਣਦਾ। ਕਹਿੰਦੇ ਨੇ ਜਿਹੜਾ ਬਾਜ ਸੀ ਉਹਨੇ ਤਿੱਤਰ ਦੇ ਜਿਹੜੇ ਖੰਭ ਪੁੱਟ ਪੁੱਟ ਕੇ ਨੋਚ ਨੋਚ ਕੇ ਉਹਨੂੰ ਮਾਰ ਦਿੱਤਾ, ਪਰ ਅਖੀਰ ਸਤਿਗੁਰੂ ਹੀ ਜਾਣਦੇ ਸੀ ਕਿ ਕੀ ਕੌਤਕ ਹੈ। ਹੁਣ ਸਤਿਗੁਰੂ ਨੂੰ ਕਈਆਂ ਨੇ ਸਵਾਲ ਕੀਤੇ ਕਿ ਸਤਿਗੁਰੂ ਸਾਨੂੰ ਨਹੀਂ ਪਤਾ ਇਹ ਆਪ ਜੀ ਦੀ ਕੀ ਮਹਿਮਾ ਹੈ, ਪਰ ਸਾਨੂੰ ਸਮਝਾਉਣਾ ਕਰੋ ਮੇਰੇ ਮਾਲਕ ਜੀ, ਅਸੀਂ ਤੁਹਾਡੀ ਮਹਿਮਾ ਤੋਂ ਅਣਜਾਣ ਹਾਂ। ਫਿਰ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਦੱਸਿਆ ਕਿ ਇਹ ਭਾਈ ਇੱਕ ਅਚਰਜ ਵਰਤੀਰਾ ਹੈ, ਇਹ ਪਿਛਲੇ ਜਨਮ ਦਾ ਇਹਨਾਂ ਦਾ ਕੀਤਾ ਕਰਿਆ ਸੀ। ਕਹਿੰਦੇ ਨੇ ਜਿਹੜਾ ਤਿੱਤਰ ਹੈ ਇਹ ਜੱਟ ਸੀ, ਤੇ ਜਿਹੜਾ ਬਾਜ਼ ਹੈ ਇਹ ਬਾਣੀਆ ਸੀ। ਕਹਿੰਦੇ ਇਹਨੇ ਪੈਸੇ ਲਏ ਤੇ ਜਾਮਨ ਪਾਇਆ ਵਿੱਚ ਸਾਨੂੰ, ਤੇ ਕਹਿੰਦੇ ਇਹਨੇ ਪੈਸੇ ਨਹੀਂ ਦਿੱਤੇ, ਤੇ ਹੁਣ ਜਿਹੜਾ ਬਾਜ਼ ਹੈ ਨਾ ਉਹਨੇ ਨੋਚ ਨੋਚ ਕੇ ਇਹਨੂੰ ਮਾਰ ਦਿੱਤਾ। ਕਰਮਾਂ ਦਾ ਫਲ ਜਿਹੜਾ ਹੈ ਭਾਵੇਂ ਪਿਛਲੇ ਜਨਮ ਦੇ ਨੇ ਭਾਵੇਂ ਇੱਥੇ ਨੇ, ਕਹਿੰਦੇ ਕਰਮਾਂ ਦਾ ਫਲ ਜਿਹੜਾ ਨਾਲੋਂ ਨਾਲ ਚੱਲਦਾ ਹੈ। ਮਨ ਏਕ ਨਾ ਚੇਤਸ ਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ, ਗੁਰਬਾਣੀ ਵਿੱਚੋਂ ਆਪਾਂ ਪੜ੍ਹਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਜਿਹੜੇ ਪਿੱਛੋਂ ਕਰਮ ਕੀਤੇ ਗੁਣ ਲੈ ਕੇ ਆਇਆ ਉਹ ਗਲ ਗਏ, ਉਹ ਖਰਾਬ ਹੋ ਗਏ, ਅਤੇ ਨਵੇਂ ਜਿਹੜੇ ਗੁਣ ਨੇ ਉਹ ਪ੍ਰਾਪਤ ਕਰਨੇ ਮਨੁੱਖ ਨੂੰ ਚਾਹੀਦੇ ਨੇ।
ਹੁਣ ਇੱਥੇ ਜਾਮਨੀ ਸਾਡੀ ਪਾਈ ਤੇ ਅਸੀਂ ਆਪਣੇ ਵੇਖਦੇ ਹੋਏ ਇਹਦਾ ਉਧਾਰ ਕੀਤਾ ਹੈ, ਭਾਵ ਕਿ ਇਹਨੂੰ ਇਸ ਜਨਮ ਦੇ ਵਿੱਚੋਂ ਮੁਕਤ ਕੀਤਾ ਹੈ। ਹੁਣ ਇੱਦਾਂ ਕਰਜ਼ਾ ਚੜਿਆ ਤੇ ਕਰਜ਼ੇ ਦਾ ਵਸੂਲ ਵੀ ਉਹਨੇ ਆਪਣੀ ਕਰ ਲਈ। ਹੁਣ ਇਸ ਕਰਕੇ ਸਮਝ ਲਿਆ ਜੇ ਕਿ ਜਿਹੜੇ ਪਿੱਛੋਂ ਗੁਣ ਚੱਲ ਕੇ ਆਏ ਨੇ ਇਸ ਜਨਮ ਦੇ ਵਿੱਚ ਆ ਕੇ ਗਲ ਗਏ ਜਦੋਂ ਪਰਮੇਸ਼ਰ ਨੂੰ ਨਹੀਂ ਯਾਦ ਕੀਤਾ। ਜੇ ਯਾਦ ਕੀਤਾ ਹੁੰਦਾ ਤੇ ਗੁਣ ਇਸੇ ਤਰ੍ਹਾਂ ਬਰਕਰਾਰ ਰਹਿੰਦੇ। ਵਣਜ ਕਰੋ ਵਪਾਰੇ ਹੋ ਵੱਖਰ ਲਿਹੋ ਸੰਭਾਲ, ਜੈਸੀ ਵਸਤ ਵਿਸਾਹੀ ਹੈ ਤੈਸੀ ਨਿਵਹਿ ਨਾਲ। ਤੇ ਸ਼ਾਹ ਹਨ ਧੰਨ ਗੁਰੂ ਕਲੰਗੀਧਰ ਪਾਤਸ਼ਾਹ। ਜੇ ਆਪਾਂ ਵੀ ਕਿਸੇ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਨਾ, ਤਾਂ ਕਦੇ ਯਾਦ ਕਰ ਲਿਆ ਜੇ ਇਹ ਸਾਖੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਫਿਰ ਇੱਦਾਂ ਵੀ ਲੇਖਾ ਦੇਣਾ ਪੈਂਦਾ, ਭਾਵੇਂ ਕਿਤੇ ਮਰਜ਼ੀ ਬੈਠ ਕੇ ਕਰ ਲਈ, ਮੇਰੇ ਸਤਿਗੁਰੂ ਸਭ ਜਾਣਦੇ ਨੇ, ਸਭ ਦੇਖਦੇ ਨੇ ਵੀ ਕੀ ਕਰਦਾ ਹੈ। ਤੂੰ ਭਾਵੇਂ ਗੁਰੂ ਨੂੰ ਹਾਜ਼ਰ ਨਾਜ਼ਰ ਸਮਝੇ ਨਾ ਸਮਝੇ, ਪਰ ਸਤਿਗੁਰੂ ਹਾਜ਼ਰ ਨਾਜ਼ਰ ਹਨ, ਪ੍ਰਤੱਖ ਨੇ, ਉਹ ਤੈਨੂੰ ਵੇਖ ਰਹੇ ਨੇ। ਭਲਿਆ ਮਤ ਸਮਝੀ ਵੀ ਮੈਨੂੰ ਕੋਈ ਦੇਖ ਨਹੀਂ ਰਿਹਾ। ਇਸ ਕਰਕੇ ਅੱਜ ਸਾਨੂੰ ਸਮਝਣਾ ਪੈਣਾ, ਅੱਜ ਸਾਨੂੰ ਸਮਝਣ ਦੀ ਲੋੜ ਹੈ। ਜਾਮਨੀ ਭਰੀ ਤੇ ਇਸ ਕਰਕੇ ਤਿੱਤਰ ਨੂੰ ਮਾਰ ਕੇ ਉਸ ਬਾਣੀਏ ਰੂਪ ਬਾਜ਼ ਨੇ ਆਪਣਾ ਬਦਲਾ ਲਿਆ। ਇਸ ਕਰਕੇ ਸੰਸਾਰ ਦੇ ਵਿੱਚ ਰਹਿੰਦੇ ਹੋਏ ਵਸਦੇ ਹੋਏ ਇਹ ਦੁਨੀਆਂ ਦੇ ਲੋਕੋ, ਇਹ ਤੁਹਾਡੇ ਲਈ ਇੱਕ ਬੜੀ ਵੱਡੀ ਸੇਧ ਹੈ ਕਿ ਇਸ ਤਰ੍ਹਾਂ ਵੀ ਹੋ ਜਾਂਦਾ, ਆਪਣੇ ਕੀਤੇ ਹੋਏ ਕੁਕਰਮਾਂ ਨੂੰ ਗਲਤੀ ਦੇ ਕੇ ਮਾਫ਼ ਕਰਵਾ ਲਿਓ ਔਰ ਅੱਗੇ ਤੋਂ ਤੌਬਾ ਕਰ ਲਿਓ ਕਿ ਇੱਦਾਂ ਮੈਂ ਨਹੀਂ ਕਰਨਾ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਇੱਕ ਬਹੁਤ ਵੱਡੀ ਸੇਧ ਦਿੱਤੀ ਹੈ ਦੁਨੀਆਂ ਨੂੰ, ਮਿਸਾਲ ਹੈ ਇੱਕ ਇਤਿਹਾਸ ਦੇ ਵਿੱਚ। ਇਹ ਅੱਜ ਦੁਨੀਆਂ ਵਿੱਚ ਰਹਿੰਦੇ ਹੋਏ ਆਪਾਂ ਵੇਖਦੇ ਹਾਂ, ਲੋਨ ਚਾਹੀਦਾ ਹੈ, ਉਹਦੀ ਗਰੰਟੀ ਚਾਹੀਦੀ ਹੈ। ਜੇ ਲੋਨ ਲੈ ਕੇ ਕੋਈ ਮੁੱਕਰ ਜਾਏ, ਜਿਹਨੇ ਗਰੰਟੀ ਭਰੀ ਹੈ, ਫਿਰ ਉਹਦੇ ਤੋਂ ਵਸੂਲਿਆ ਜਾਂਦਾ। ਇਸੇ ਤਰ੍ਹਾਂ ਜਾਮਨੀ ਜਿਹੜੀ ਪਾਈ ਉਹ ਬੰਦਾ ਫਸ ਜਾਂਦਾ, ਉਹਨੂੰ ਪੈਸੇ ਦੇਣੇ ਪੈਂਦੇ ਨੇ। ਇਸ ਕਰਕੇ ਜਿਹੜੀ ਜਾਮਨੀ ਗੁਰੂ ਦੀ ਪਾਈ ਤੇ ਗੁਰੂ ਨੂੰ ਉਹ ਜਾਮਨੀ ਭਰਨੀ ਪੈ ਗਈ। ਤੇ ਪਿਆਰਿਓ ਇਸੇ ਗੱਲ ਦਾ ਇੱਥੇ ਇਤਿਹਾਸ ਗਵਾਹ ਹੈ, ਇਹ ਗੁਰਦੁਆਰਾ ਜਾਮਨੀ ਸਾਹਿਬ ਬੜਾ ਹੀ ਸੋਹਣਾ ਤੇ ਰਮਣੀਕ ਥਾਂ ਬਣਿਆ ਹੋਇਆ। ਇੱਕ ਵਣ ਦਾ ਦਰਖਤ ਵੀ ਹੈ ਜਿੱਥੇ ਆਣ ਕੇ ਧੰਨ ਗੁਰੂ ਕਲੰਗੀਧਰ ਪਾਤਸ਼ਾਹ ਨੇ ਆਪਣਾ ਘੋੜਾ ਵੀ ਬੰਨਿਆ ਸੀ। ਸੋ ਪਿਆਰਿਓ ਅੱਜ ਦੀ ਇਹ ਸਾਖੀ ਤੋਂ ਕੁਝ ਸਿੱਖਣਾ ਜ਼ਰੂਰ ਹੈ। ਆਪਾਂ ਇਹ ਨਹੀਂ ਵੀ ਸੁਣ ਕੇ ਬਸ ਕੰਨ ਰਸ ਹੋ ਗਏ ਤੇ ਜਾਂ ਫਿਰ ਆਪਾਂ ਉੱਥੇ ਜਾ ਕੇ ਦਰਸ਼ਨ ਕਰ ਲਏ ਜੀ ਵਾਹ ਜੀ ਵਾਹ ਬੜੀ ਵਧੀਆ ਗੱਲ ਹੈ ਜੀ, ਗੁਰੂ ਕਲੰਗੀਧਰ ਪਾਤਸ਼ਾਹ ਨੇ ਇੱਦਾਂ ਕੀਤਾ ਹੋਣਾ, ਇਹ ਸੋਚ ਕੇ ਵਾਹ ਵਾਹ ਨਹੀਂ ਖੱਟੀ ਦੀ। ਇਸ ਕਰਕੇ ਇਹ ਚੀਜ਼ ਜਿਹੜੀ ਹੈ ਆਪਣੇ ਜੀਵਨ 'ਚ ਧਾਰਨ ਕਰੋ ਵੀ ਮੈਂ ਚੋਰੀ ਠੱਗੀ ਜਿਹੜੀ ਹੈ ਕਿਸੇ ਦੀ ਨਹੀਂ ਕਰਨੀ। ਇੱਥੇ ਇੱਕ ਹੋਰ ਵੀ ਕੌਤਕ ਵਾਪਰੇ ਆ, ਜਦੋਂ ਘੋੜੇ ਨੇ ਪੌੜ ਮਾਰ ਕੇ ਇੱਥੇ ਪਾਣੀ ਕੱਢਿਆ, ਉਹ ਸਰੋਵਰ ਉਹ ਉਸ ਜਗ੍ਹਾ ਦਾ ਉਸ ਜਗ੍ਹਾ 'ਤੇ ਬਣਿਆ ਹੋਇਆ। ਸੋ ਬੜਾ ਹੀ ਰਮਣੀਕ ਅਤੇ ਸੁੰਦਰ ਥਾਂ ਹੈ। ਗੁਰੂ ਪਿਆਰਿਓ ਇਹ ਸੀ ਕਰਜ਼ੇ ਦੀ ਗੱਲ, ਉਹ ਤਾਂ ਕਰਜ਼ਾ ਸੀ ਪੈਸਿਆਂ ਵਾਲਾ, ਇੱਕ ਸਾਡੇ ਉੱਪਰ ਵੀ ਕਰਜ਼ਾ ਚੜਿਆ ਹੈ। ਸਾਡੇ ਉੱਪਰ ਅਨੇਕਾਂ ਹੀ ਕਰਜ਼ੇ ਨੇ, ਅਜਿਹੇ ਕਰਜ਼ੇ ਨੇ ਜਿਹੜੇ ਕਰਜ਼ੇ ਅੱਜ ਤੱਕ ਸਾਨੂੰ ਪਤਾ ਹੀ ਨਹੀਂ ਲੱਗੇ ਕਿ ਉਹ ਕਰਜ਼ੇ ਕਿਹੜੇ ਨੇ। ਹੁਣ ਇੱਕ ਤਾਂ ਬੇਨਤੀ ਮੈਂ ਕਰਾਂ, ਇੱਥੇ ਸਾਨੂੰ ਸਮਝਣਾ ਪੈਣਾ ਹੈ, ਕਿਉਂਕਿ ਪਿਆਰ ਵਾਲਿਓ ਕਰਜ਼ੇ ਤਕਰੀਬਨ ਜਿਹੜਾ ਠੱਗੀ ਮਾਰੀ ਉਹ ਵੀ ਸਾਡੇ ਸਿਰ ਕਰਜ਼ਾ ਚੜ੍ਹ ਗਿਆ, ਕਿਸੇ ਦੇ ਉੱਪਰ ਅਹਿਸਾਨ ਕਰ ਦਿੱਤਾ ਉਹ ਵੀ ਕਰਜ਼ਾ ਚੜ੍ਹ ਗਿਆ, ਜੇ ਅਹਿਸਾਨ ਕਰਕੇ ਜਿਤਾ ਦਿੱਤਾ ਤਾਂ ਉਹ ਸਾਡੇ ਸਿਰ ਕਰਜ਼ਾ ਚੜ੍ਹ ਗਿਆ। ਬੇਨਤੀ ਕਰੂੰਗਾ, ਹੰਕਾਰ ਲੈ ਕੇ ਮਨ ਵਿੱਚ ਘੁੰਮਣਾ ਉਹ ਵੀ ਇੱਕ ਕਰਜ਼ਾ ਹੈ, ਕਿਸੇ ਨੂੰ ਕੁਝ ਦੇ ਕੇ ਸੁਣਾ ਦੇਣਾ ਉਹ ਵੀ ਇੱਕ ਕਰਜ਼ਾ ਹੈ, ਉਹਦਾ ਗੁਮਾਨ ਲੈ ਕੇ ਆਪਣੇ ਹਿਰਦੇ ਰੂਪ ਘਰ ਵਿੱਚ ਘੁੰਮਦੇ ਰਹਿਣਾ ਉਹ ਵੀ ਕਰਜ਼ਾ ਹੈ। ਇੱਥੇ ਤਾਂ ਬਚੇ ਅਸੀਂ ਨਹੀਂ ਹਾਂ,
ਦੇਖੋ ਗੁਰੂ ਘਰ ਵੀ ਵਸਤੂਆਂ ਦੇ ਕੇ ਅਸੀਂ ਹੰਕਾਰ ਚੁੱਕੀ ਫਿਰਦੇ ਹਾਂ ਜੀ, ਫਲਾਣਾ ਕੁਲ ਦਿੱਤਾ ਹੈ। ਪਿਆਰਿਓ ਮਤ ਸਮਝੋ ਕਿ ਤੁਹਾਡੀ ਵਡਿਆਈ ਹੈ, ਇਹ ਤੁਸੀਂ ਆਪਣੇ ਸਿਰ ਕਰਜ਼ਾ ਚਾੜਦੇ ਪਏ ਹੋ। ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਿਓ। ਹੁਣ ਕਈ ਕਹਿਣਗੇ ਜੀ ਅਸੀਂ ਅਨੇਕਾਂ ਵਸਤੂਆਂ ਗੁਰੂ ਘਰ ਦਿੱਤੀਆਂ ਨੇ ਅਤੇ ਪਤਾ ਕਿਵੇਂ ਲੱਗੇ ਵੀ ਇਹ ਵਸਤੂ ਫਲਾਣੇ ਨੇ ਦਿੱਤੀ ਹੈ। ਮੈਂ ਕਹਿੰਦਾ ਗੁਰੂ ਸਭ ਕੁਝ ਜਾਣਦਾ ਹੈ, ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਛ ਆਗੈ ਕੀਚੈ ਅਰਦਾਸ, ਸਤਿਗੁਰੂ ਤੇ ਬਿਨਾਂ ਬੋਲਿਆਂ ਤੋਂ ਸਾਰਾ ਕੁਝ ਜਾਣਦਾ। ਤੇ ਆਪਾਂ ਫਿਰ ਦੇ ਕੇ ਸੁਣਾ ਕੇ ਅਰਦਾਸ ਵਿੱਚ ਨਾਂ ਬੁਲਾ ਕੇ, ਚਲੋ ਅਰਦਾਸ ਵਿੱਚ ਸਹੀ ਤੇ ਉਸ ਤੋਂ ਬਾਅਦ ਚੀਜ਼ ਦੇ ਉੱਪਰ ਲਿਖ ਕੇ ਬਕਾਇਦਾ ਵੀ ਫਲਾਣੇ ਸਿਉਣੇ ਦਾਨ ਕੀਤੀ ਜਾਂ ਭੇਟ ਕੀਤੀ। ਖੈਰ ਦਾਨ ਤੇ ਭੇਟ ਵਿੱਚ ਵੀ ਬਹੁਤ ਵੱਡੇ ਮਤ ਭੇਦ ਨੇ ਸਾਡੇ ਵਿੱਚ, ਕਦੇ ਖੁੱਲ੍ਹ ਕੇ ਆਪਾਂ ਇਸ ਵਿਸ਼ੇ ਦੇ ਉੱਪਰ ਵਿਚਾਰ ਕਰਾਂਗੇ। ਗੁਰੂ ਘਰ ਹਮੇਸ਼ਾ ਭੇਟਾ ਦੇਈਦੀ ਹੈ, ਦਾਨ ਨਹੀਂ, ਦਾਨ ਆਪ ਤੋਂ ਛੋਟੇ ਨੂੰ ਦੇਈਦਾ ਹੈ। ਇੰਨੀ ਗੱਲ ਦਾ ਧਿਆਨ ਰੱਖਿਆ ਜੀ। ਗੁਰੂ ਘਰ ਚੀਜ਼ ਦੇਣ ਤੋਂ ਮਤਲਬ ਉਹਦੇ ਉੱਪਰ ਨਾਂ ਲਿਖਣ ਤੋਂ ਭਾਵ ਇਹ ਵੇ ਕਿ ਉਹ ਚੀਜ਼ ਦੇ ਉੱਪਰ ਅਸੀਂ ਆਪਣਾ ਹੱਕ ਜਤਾ ਰਹੇ ਹਾਂ, ਕਬਜ਼ਾ ਹਲੇ ਵੀ ਆਪਾਂ ਕੀਤਾ ਹੋਇਆ ਹੈ। ਦਾਨ ਚੀਜ਼ ਦਿੱਤੀ, ਭੇਟ ਦਿੱਤੀ, ਚੀਜ਼ ਦਿੱਤੀ, ਜਿਹੋ ਜਿਹੀ ਨਾ ਦਿੱਤੀ, ਉਹ ਸਿਰਫ ਇੱਕ ਬਰਾਬਰ ਹੈ। ਮੈਂ ਬੇਨਤੀ ਕਰੂੰਗਾ, ਕਰਜ਼ੇ ਅਨੇਕਾਂ ਨੇ ਪਰ ਅੱਜ ਇਹਨਾਂ ਕਰਜ਼ਿਆਂ ਤੋਂ ਵੀ ਸਾਨੂੰ ਮੁਕਤ ਹੋਣਾ ਪੈਣਾ। ਪਿਆਰਿਓ ਕਿਤੇ ਨਾ ਕਿਤੇ ਸਾਨੂੰ ਸਮਝਣਾ ਪੈਣਾ ਹੈ। ਕਰਨੀ ਵਾਜੋਂ ਤਰੇ ਨਾ ਕੋਏ, ਇਹ ਤੇ ਗੁਰੂ ਪਾਤਸ਼ਾਹ ਨੇ ਆਪ ਗੁਰਬਾਣੀ ਵਿੱਚ ਕਹਿ ਦਿੱਤਾ ਹੈ। ਇਹ ਤੇ ਲੇਖਾ ਦੇਣਾ ਪੈਣਾ, ਹਜੇ ਵੀ ਵਰਤ ਜੋ ਇਹ ਸਭ ਕੁਝ ਕਰਨ ਤੋਂ। ਕਰਜ਼ੇ ਲੈ ਕੇ ਠੱਗੀਆਂ ਮਾਰਨੀਆਂ, ਭੱਜਣਾ ਦੌੜਨਾ, ਸਾਰਾ ਕੁਝ ਕਰਨਾ, ਇਹ ਸਾਰਾ ਕੁਝ ਤਿਆਗ ਦਿਓ। ਹੰਕਾਰ ਮਾਣ ਇਹ ਸਭ ਕੁਝ ਛੱਡ ਦਿਓ। ਹੋ ਸਕਦਾ ਇੱਥੇ ਇਹ ਸਾਰਾ ਕੁਝ ਕਰਕੇ ਆਪਾਂ ਬਚ ਜਾਈਏ, ਪਰ ਇਹਦਾ ਲੇਖਾ ਦੇਣਾ ਹੀ ਪੈਣਾ, ਚਾਹੇ ਅਗਲੇ ਜਨਮ 'ਚ ਦੇਈਏ, ਚਾਹੇ ਇਸ ਜਨਮ ਦੇ ਐਂਡ 'ਚ ਦੇਈਏ, ਚਾਹੇ ਨਾਲ ਨਾਲ ਹੁਣ ਚੱਲਦੇ ਚੱਲਦੇ ਲੇਖਾ ਦੇਣਾ ਪੈ ਜਾਏ। ਲੇਖਾ ਤੈਅ ਹੈ, ਜਦੋਂ ਕਰਮ ਕਰ ਲਿਆ, ਜਦੋਂ ਮਾੜੇ ਕੰਮ ਦੀ ਸ਼ੁਰੂਆਤ ਮਿਥ ਲਈ, ਉਦੋਂ ਸਮਝ ਲਓ ਵਿਨਾਸ਼ ਤੈਅ ਹੈ। ਅਤੇ ਗੁਰੂ ਪਾਤਸ਼ਾਹ ਨੇ ਉਹਦਾ ਲੇਖਾ ਲਿਖ ਲਿਆ, ਉਹਦਾ ਲੇਖਾ ਲੈਣਾ ਹੀ ਲੈਣਾ ਹੈ। ਇਸ ਗੱਲ ਦਾ ਗਿਆਨ ਆਪਾਂ ਨੂੰ ਜ਼ਰੂਰ ਹੋਵੇ। ਇਸ ਕਰਕੇ ਗੁਰੂ ਪਾਤਸ਼ਾਹ ਤੋਂ ਮਾਫ਼ੀ ਮੰਗੀਏ, ਆਪਣੀਆਂ ਭੁੱਲਾਂ ਬਖਸ਼ਾਈਏ, ਮਾਣ ਹੰਕਾਰ ਹਿਰਦੇ ਰੂਪ ਘਰ 'ਚੋਂ ਕੱਢ ਦਈਏ। ਕੁਝ ਨਹੀਂ ਰੱਖਿਆ ਹੰਕਾਰ ਦੇ ਪਿੱਛੇ ਲੱਗ ਕੇ, ਅੱਜ ਤੱਕ ਔਰੰਗਜ਼ੇਬ ਵਰਗਿਆਂ, ਵਾਰਸ਼ਾਹ ਵਰਗਿਆਂ ਨੇ ਕੁਝ ਨਹੀਂ ਖੱਟਿਆ, ਜਹਾਂਗੀਰ ਵਰਗੇ ਚਲੇ ਗਏ, ਸਿਕੰਦਰ ਵਰਗੇ ਚਲੇ ਗਏ, ਹੋਰ ਪਤਾ ਨਹੀਂ ਕਿੰਨੇ ਕੁ ਨਾਮਵਰ ਹੋਏ ਨੇ ਜਿਹੜੇ ਚਲੇ ਗਏ ਨੇ ਸੰਸਾਰ ਨੂੰ ਜਿੱਤਣ ਵਾਲੇ, ਡੀਂਗਾ ਮਾਰਨ ਵਾਲੇ, ਵੱਡੀਆਂ ਵੱਡੀਆਂ ਇਸ ਸੰਸਾਰ ਤੋਂ ਤੁਰ ਗਏ ਨੇ। ਆਪਾਂ ਕਿਹੜੇ ਖੇਤ ਦੀ ਮੂਲੀ ਆ? ਆਪਾਂ ਕਿਹਦੇ ਵਿਚਾਰੇ ਹਾਂ ਅਤੇ ਆਪਾਂ ਕਿਹਦੇ ਵਾਸਤੇ ਕਰ ਰਹੇ ਹਾਂ? ਆਪਣੇ ਆਪ ਨੂੰ ਚੰਗੇ ਇਨਸਾਨ ਬਣਾਈਏ, ਸੱਚਾ ਅਤੇ ਵਧੀਆ ਜੀਵਨ ਬਤੀਤ ਕਰੀਏ, ਗੁਰੂ ਪਾਤਸ਼ਾਹ ਦੇ ਲੜ ਲੱਗੀਏ, ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨਾਂ ਨੂੰ ਕਮਾਈਏ ਜ਼ਿੰਦਗੀ ਵਿੱਚ। ਉਹ ਆਪਣਾ ਜੀਵਨ ਜਿਹੜਾ ਹੈ ਸਫਲ ਆਪਾਂ ਕਰਨਾ, ਆਪਾਂ ਜੀਵਨ ਨੂੰ ਸਫਲ ਬਣਾਈਏ, ਇਹੋ ਉਪਰਾਲਾ ਸਾਡਾ ਜ਼ਿੰਦਗੀ ਵਿੱਚ ਹੋਵੇ। ਇਹੋ ਹੀ ਉਪਰਾਲਾ ਅੱਜ ਅਸੀਂ ਇਹ ਟੀਮ ਵੱਲੋਂ ਕਰ ਰਹੇ ਹਾਂ, ਇਸ ਕਰਕੇ ਹੀ ਵੀਡੀਓ ਬਣ ਰਹੀਆਂ ਨੇ, ਕਿਉਂਕਿ ਬੜੀਆਂ ਸੰਗਤਾਂ ਦੇ ਫੋਨ ਆਉਂਦੇ ਨੇ ਅਤੇ ਉਹ ਇਸ ਗੱਲ ਦਾ ਖੁਲਾਸਾ ਕਰਦੇ ਨੇ ਜੀ ਸਾਡਾ ਜੀਵਨ ਬਦਲ ਗਿਆ, ਅਸੀਂ ਵਿਚਾਰਾਂ ਸੁਣ ਕੇ ਆਹ ਗੁਣ ਧਾਰਨ ਕੀਤਾ। ਮੈਂ ਕਹਿੰਦਾ ਸਾਡੀ ਕਮਾਈ ਜਿਹੜੀ ਹੈ ਕੀਤੀ ਹੋਈ ਉਹ ਸਫਲ ਹੋ ਰਹੀ ਹੈ। ਕਿਉਂ ਸਫਲ ਹੋ ਰਹੀ ਹੈ? ਕਿਉਂਕਿ ਅੱਜ ਅਸੀਂ ਕਿਤੇ ਨਾ ਕਿਤੇ ਜੇ ਤੁਹਾਡੇ ਸਹੀ ਮਾਰਗ ਤੁਰਨ ਦੇ ਵਿੱਚ ਸਹਾਈ ਹੋ ਰਹੇ ਹਾਂ, ਸਾਡੇ ਲਈ ਉਹ ਸਭ ਤੋਂ ਵੱਡੀ ਪੂੰਜੀ ਹੈ। ਅਤੇ ਅਸੀਂ ਗੁਰੂ ਘਰ ਦੇ ਕੁੱਕਰ ਹੋਣ ਦੇ ਵਜੋਂ ਜਿਹੜੀ ਸੇਵਾ ਨਿਭਾ ਰਹੇ ਹਾਂ, ਉਹ ਸਾਡੀ ਸੇਵਾ ਸਫਲ ਹੋ ਰਹੀ ਹੈ। ਅਸੀਂ ਆਪਣੇ ਆਪ ਨੂੰ ਸਫਲ ਸਮਝਦੇ ਹਾਂ, ਸਾਡੀ ਸੇਵਾ ਨੂੰ ਸਫਲ ਸਮਝਦੇ ਹਾਂ। ਜਦੋਂ ਕੋਈ ਇੱਦਾਂ ਫੋਨ ਕਰਕੇ ਕਹਿੰਦਾ ਕਿ ਅਸੀਂ ਬਦਲਾਵ ਕਰ ਰਹੇ ਹਾਂ ਜ਼ਿੰਦਗੀ ਵਿੱਚ, ਸਹੀ ਮਾਰਗ ਨੂੰ ਇਖਤਿਆਰ ਕਰ ਰਹੇ ਹਾਂ, ਅਤੇ ਉਦੋਂ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ, ਸਾਡੀ ਟੀਮ ਉਦੋਂ ਬੜੀ ਖੁਸ਼ ਹੁੰਦੀ ਹੈ। ਸਾਨੂੰ ਪੈਸਿਆਂ ਦੀ ਜ਼ਰੂਰਤ ਨਹੀਂ, ਤਕਰੀਬਨ ਆਪਣੇ ਜੀਵਨ 'ਚ ਬਦਲਾਅ ਕਰੋ, ਆਪਣੇ ਜੀਵਨ ਨੂੰ ਸਹੀ ਮਾਰਗ 'ਤੇ ਤੋਰੋ, ਸਾਡੇ ਲਈ ਉਹੀ ਸਾਡੀ ਜਮ੍ਹਾਂ ਪੂੰਜੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮਿਹਰ ਕਰਨ, ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ
ਆਪਾਂ ਇਤਿਹਾਸ ਨੂੰ ਪੜ੍ਹਨਾ ਪੜਚੋਲਣਾ, ਉਹਦੇ ਵਿੱਚੋਂ ਕੁਝ ਨਾ ਕੁਝ ਜ਼ਰੂਰ ਸਿੱਖਣਾ, ਆਪਣੇ ਜੀਵਨ 'ਚ ਬਦਲਾਵ ਜ਼ਰੂਰ ਕਰਨਾ। ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਲਾਈਕ ਕਮੈਂਟ ਕਰਕੇ ਆਪਣਾ ਪਿਆਰ ਜਿਹੜਾ ਹੈ ਟੀਮ ਨੂੰ ਬਖਸ਼ਿਸ਼ ਕਰਿਓ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਜਾਂ ਤੁਸੀਂ ਕਿਸੇ ਵੀ ਸਮਾਗਮ 'ਤੇ ਕਥਾ ਕਰਵਾਉਣੀ ਚਾਹੁੰਦੇ ਹੋ ਤਾਂ ਟੀਮ ਦਾ ਨੰਬਰ ਨੋਟ ਕਰ ਲਓ। ਉਹਦੇ ਵਿੱਚ ਜਿਹੜੀ ਕਥਾਵਾਂ ਨੇ, ਅਸੀਂ ਫ੍ਰੀ ਸੇਵਾ ਜਿਹੜੀ ਕਰ ਰਹੇ ਹਾਂ ਟੀਮ ਵੱਲੋਂ, ਕੋਈ ਉਹਦੀ ਪੈਸਾ ਕੋਈ ਉਹਦੀ ਭੇਟਾ ਨਹੀਂ ਹੈ। ਨੰਬਰ ਨੋਟ ਕਰ ਲਓ, 79-86-49-77-84 ਦੇ ਉੱਪਰ ਤੁਸੀਂ ਕਾਲ ਕਰਕੇ ਆਪਣਾ ਸੁਝਾਅ ਜਿਹੜਾ ਹੈ, ਆਪਣੀ ਜਾਣਕਾਰੀ ਇਸ ਨੰਬਰ ਤੋਂ ਪ੍ਰਾਪਤ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਅਤੇ ਟੀਮ ਵੱਲੋਂ ਬਹੁਤ ਬਹੁਤ ਸ਼ੁਕਰੀਆ ਜੀ। ਬਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।